हाँ जी, सत श्री अकाल सारिआं नूं। मैं गुरप्रीत, अज्ज वीडियो जिहड़ी लैके आए हैं इहदे विच गल करांगे US B1 B2 वीज़ा बारे। की टिप्स ने, की ट्रिक्स ने जिन्हां नाल तुहानूं अपॉइंटमेंट मिल सकदी है। वैसे बहुत वड्डी खुशखबरी दी गल इह आ कि अपॉइंटमेंट्स जिहड़ियां मिलणियां शुरू हो गईआं न्यू दिल्ली दे विच। पंजाब वालिआं नूं स्पैशली जिहड़ा हैगा, बाकी स्टेटां जिहड़ियां दूर पैंदियां सी जिवें मुंबई जां कोलकाता जाणा पैंदा सी, तां हुण जिहड़ियां न्यू दिल्ली दे विच वी जिहड़ियां अपॉइंटमेंट्स मिलणियां स्टार्ट हो गईआं। तुसीं अपना जिहड़ा B1 B2 वीज़ा USA ਲਈ ਇੱਥੇ ਅਪਲਾਈ ਕਰ ਸਕਦੇ ਹੋ ਤੇ ਆਪਣੇ ਜਿਹੜੇ ਸਲੋਟ ਬੁੱਕ ਕਰ ਸਕਦੇ ਹੋ ਇੰਟਰਵਿਊ ਲਈ। ਸੋ ਪੂਰੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਡਿਟੇਲ ਦੇ ਵਿੱਚ ਵੀ ਕੀ ਕਿਸ ਤਰ੍ਹਾਂ ਤੁਸੀਂ ਪ੍ਰੋਸੈਸ ਕਰਨਾ, US ਵੀਜ਼ਾ ਲਈ ਕਿਹੜੇ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਹੈ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਜੀ। ਸੋ ਸਭ ਤੋਂ ਪਹਿਲਾਂ ਜਿਵੇਂ ਗੱਲ ਕਰਾਂ B1 B2 ਵੀਜ਼ਾ ਜਿਹੜਾ ਬਿਜ਼ਨਸ ਕੈਟਾਗਰੀ ਦਾ ਤੇ ਟੂਰਿਸਟ ਕੈਟਾਗਰੀ ਦੇ ਵਿੱਚ ਆਉਂਦਾ। ਆਪਾਂ ਜਿੰਨੇ ਵੀ ਵੀਜ਼ਾ ਲਗਵਾਉਂਦੇ ਆ ਟੂਰਿਸਟ, ਤਾਂ ਉਹ ਸਾਰੇ ਜਿਹੜੇ ਹਰੇਕ ਦੀ ਕੰਟਰੀ ਦੀ ਆਪਣੀ ਆਪਣੀ ਕੈਟਾਗਰੀ ਹੁੰਦੀ ਹੈ। US ਦੇ ਵਿੱਚ B1 B2 ਕੈਟਾਗਰੀ ਦੇ ਨਾਂ ਦੇ ਨਾਲ ਇਹ ਜਾਣਿਆ ਜਾਂਦਾ, ਜਿਹੜਾ ਟੂਰਿਸਟ ਵੀਜ਼ਾ ਕਹਿ ਲਓ, ਵਿਜ਼ਟਰ ਵੀਜ਼ਾ ਹੈ ਜਾਂ ਜੋ ਵੀ ਹੈ। ਸੋ ਇਹਦਾ ਜਿਹੜਾ ਪ੍ਰੋਸੈਸ ਹੈ, ਪ੍ਰੋਸੈਸ ਜਿਹੜਾ ਹੈਗਾ ਔਨ ਦੀ ਸਪੋਟ ਜਿਹੜਾ ਆਪਾਂ ਨੂੰ ਫੈਸਲਾ ਮਿਲ ਜਾਂਦਾ ਵੀਜ਼ੇ ਦਾ ਕਿ ਵੀਜ਼ਾ ਲੱਗੂਗਾ ਜਾਂ ਨਹੀਂ ਲੱਗੂਗਾ, ਡਿਪੈਂਡ ਕਰਦਾ ਆਪਣੀ ਇੰਟਰਵਿਊ 'ਤੇ। ਸੋ ਇੰਟਰਵਿਊ ਲਈ ਦੇ ਇੰਟਰਵਿਊ ਦੇ ਲਈ ਆਪਾਂ ਨੂੰ ਜਿਹੜੇ ਸਲੋਟ ਬੁੱਕ ਕਰਨੇ ਪੈਂਦੇ ਆ। ਸੋ ਸਲੋਟ ਤੁਸੀਂ ਔਨਲਾਈਨ ਜਾ ਕੇ ਜਿਹੜਾ ਬੁੱਕ ਕਰਨਾ, ਸਭ ਤੋਂ ਪਹਿਲਾਂ ਤੁਸੀਂ ਜਿਹੜਾ B1 B2 ਵੀਜ਼ਾ ਹੈ ਇਹ US ਦੀ ਆਪਣਾ ਇਮੀਗ੍ਰੇਸ਼ਨ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ D160 ਨੰਬਰ ਜਿਹੜਾ ਫੋਰਮ ਭਰਨਾ, ਉਹਦੇ ਵਿੱਚ ਪੂਰੀ ਡਿਟੇਲ ਦੇਣੀ ਹੈ ਕਿ USA ਕਿਉਂ ਜਾਣਾ, ਕਦੋਂ ਜਾਣਾ, ਜੋ ਵੀ ਫੋਰਮੈਲਿਟੀਆਂ ਦੇ ਵਿੱਚ ਪੁੱਛੀ ਜਾਂਦੀਆਂ ਤੁਸੀਂ ਸਾਰੀ ਡਿਟੇਲ ਦੇਣੀ ਹੈ। ਨੈਕਸਟ ਜਦੋਂ ਉਹ ਫਿਨਿਸ਼ ਹੋ ਜਾਏਗਾ, ਉਸ ਤੋਂ ਬਾਅਦ ਜਿਹੜਾ ਆਪਾਂ ਅਪੁਆਇੰਟਮੈਂਟ ਬੁੱਕ ਕਰਨੀ ਹੈ, ਆਪਣਾ D160 ਨੰਬਰ ਜੋ ਫੋਰਮ ਹੈ ਉਹਦਾ ਇੱਕ ਜਿਹੜਾ ਯੂਨੀਕ ਕੋਡ ਆਪਾਂ ਨੂੰ ਮਿਲੂਗਾ। ਸੋ ਕੋਡ ਆਪਾਂ ਉੱਥੇ ਫਿਲ ਕਰਕੇ ਜਿਹੜੀ ਅੱਗੇ ਆਪਾਂ ਅਪੁਆਇੰਟਮੈਂਟ ਦਾ ਪ੍ਰੋਸੈਸ ਜਿਹੜਾ ਅੱਗੇ ਸਟਾਰਟ ਕਰ ਸਕਦੇ ਹਾਂ। ਰੀਸੈਂਟ ਮੈਂ ਇਹਦੇ 'ਤੇ ਇੱਕ ਵੀਡੀਓ ਬਣਾਊਂਗਾ ਕੰਪਲੀਟ, ਕਿ ਕਿਸ ਤਰ੍ਹਾਂ ਤੁਸੀਂ ਜਿਹੜਾ D160 ਫੋਰਮ ਫਿਲ ਕਰਨਾ ਅਤੇ ਅੱਗੇ ਜਾਂ ਅਪੁਆਇੰਟਮੈਂਟ ਬੁੱਕ ਕਰਨੀ ਹੈ, ਕੀ ਪ੍ਰੋਸੈਸ ਹੈ, ਕਿਹੜੀ ਵੈਬਸਾਈਟ ਆ, ਸਭ ਕੁਝ ਡਿਟੇਲ ਦੇ ਵਿੱਚ ਆਪਾਂ ਫਿਊਚਰ ਦੇ ਵਿੱਚ ਇਹ ਜਿਹੜੀ ਵੀਡੀਓ ਬਣਾਵਾਂਗੇ ਉਹਦੇ 'ਚ ਗੱਲ ਕਰਾਂਗੇ। ਸੋ ਅੱਜ ਮੈਂ ਮੋਟਾ ਮੋਟਾ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਕਿ ਤੁਸੀਂ ਖੁਦ ਕਰ ਸਕਦੇ ਹੋ ਤਾਂ ਜਿਹੜੇ ਸਲੋਟਸ ਮਿਲ ਰਹੇ ਆ ਅਤੇ ਤੁਸੀਂ ਆਪਣੀ ਜਿਹੜੀ ਇੰਟਰਵਿਊ ਦੀ ਤਿਆਰੀ, ਆਪਣਾ ਇੰਟਰਵਿਊ ਜਿਹੜੀ ਉੱਥੇ ਜਾ ਕੇ ਦੇ ਸਕਦੇ ਹੋ ਅਤੇ ਵੀਜ਼ਾ ਲੈ ਸਕਦੇ ਹੋ। ਇਹਦੀ ਫੀਸ ਅਗਰ ਮੈਂ ਗੱਲ ਕਰਾਂ US ਵੀਜ਼ਾ ਦੀ, ਤਾਂ $160 ਹੀ ਹੈ, ਤਕਰੀਬਨ 12.5-12,000 ਰੁਪਈਆ ਜੋ ਵੀ ਬਣਦਾ, 80 ਦੇ ਆਸ ਪਾਸ ਜਿਹੜਾ ਡਾਲਰ ਦਾ ਰੇਟ ਚੱਲ ਰਿਹਾ, 78 ਜਾਂ 80 ਕੁਛ ਇੰਨਾ ਰੇਟ ਚੱਲ ਰਿਹਾ, ਉਹਦੇ ਅਕੋਰਡਿੰਗ ਤੁਸੀਂ $160 ਇਹਦੀ ਫੀਸ ਆ, ਉਹ ਕੈਲਕੂਲੇਟ ਕਰ ਲਓ ਇੰਡੀਅਨ ਰੁਪੀਜ਼ ਦੇ ਵਿੱਚ 12-12,000 ਰੁਪਈਆ ਜਾਂ 11-11.5 ਤੋਂ ਲੈ ਕੇ 12.5 ਦੇ ਵਿੱਚ ਕੁਛ ਇਹਦੀ ਕੋਸਟ ਜਿਹੜੀ ਬਣਦੀ ਹੈ। ਜਦੋਂ ਸਾਰਾ ਆਪਾਂ ਆਪਣਾ ਜਿਹੜਾ ਇਹਦਾ ਫੋਰਮ ਫਿਲ ਕਰ ਲੈਂਦੇ, D160 ਫੋਰਮ ਫਿਲ ਕਰ ਲਿਆ, ਤੁਸੀਂ ਉਸ ਤੋਂ ਬਾਅਦ ਜਿਹੜਾ ਲੌਗਇਨ ਕਰਨਾ ਆਪਣਾ ਅਪੁਆਇੰਟਮੈਂਟ ਦੇ ਲਈ, ਇਹਦੇ ਲਈ ਕੁਝ ਟਿਪਸ ਐਂਡ ਟ੍ਰਿਕਸ ਨੇ ਜਿਹੜੇ ਮੈਂ ਤੁਹਾਨੂੰ ਦੱਸੂੰਗਾ ਕਿ ਕਿਸ ਤਰ੍ਹਾਂ ਅਪੁਆਇੰਟਮੈਂਟ ਬੁੱਕ ਕਰਦੇ ਹਾਂ। ਕਾਫੀ ਮੇਰੇ ਵੀਰ ਭਾਈ ਜਿਹੜੇ ਇੰਗਲਿਸ਼ ਦੇ ਵਿੱਚ ਇੰਟਰਵਿਊ ਨਹੀਂ ਦੇ ਪਾਉਂਦੇ, ਉਹ ਹਿੰਦੀ ਜਾਂ ਪੰਜਾਬੀ ਸਿਲੈਕਟ ਕਰਦੇ ਹੈ। ਸੋ ਸਭ ਤੋਂ ਪਹਿਲਾਂ ਜਿਹੜੇ ਹਿੰਦੀ ਜਾਂ ਪੰਜਾਬੀ ਦੇ ਸਲੋਟ ਹੈ, ਬਹੁਤ ਘੱਟ ਅਵੇਲੇਬਲ ਹੈ ਅਤੇ ਬਹੁਤ ਉਹਨਾਂ ਨੂੰ ਜਿਹੜਾ ਟਾਈਮ ਲੱਗੂ ਆਪਾਂ ਨੂੰ ਜਿਹੜਾ ਸਲੋਟ ਮਿਲਣ ਦਾ, ਇੰਟਰਵਿਊ ਦਾ ਜਿਹੜੀ ਡੇਟ ਮਿਲਣ ਦਾ, ਬਹੁਤ ਟਾਈਮ ਲੱਗੂ। ਇਸ ਟਾਈਮ ਅਕਤੂਬਰ ਦੇ ਵਿੱਚ ਜਿਹੜੇ ਸਲੋਟ ਮਿਲ ਰਹੇ ਆ ਨਵੀਂ ਦਿੱਲੀ ਦੇ ਵਿੱਚ, ਤੁਸੀਂ ਬੁੱਕ ਕਰ ਸਕਦੇ ਹੋ। ਸੋ ਇਹਦਾ ਇੱਕ ਤਰੀਕਾ ਇਹ ਹੈ, ਸਭ ਤੋਂ ਸੌਖਾ ਤਰੀਕਾ ਜੇ ਮੈਂ ਗੱਲ ਕਰਾਂ ਟਿਪਸ ਐਂਡ ਟ੍ਰਿਕਸ ਦੀ, ਤਾਂ ਜਿਹੜਾ ਤਰੀਕਾ ਹੈਗਾ, ਤੁਸੀਂ ਇੰਗਲਿਸ਼ ਦੇ ਵਿੱਚ ਜਿਹੜੀ ਆਪਣੀ ਇੰਟਰਵਿਊ ਸਿਲੈਕਟ ਕਰਨੀ ਹੈ ਉੱਥੇ, ਅਤੇ ਘਬਰਾਉਣ ਦੀ ਕੋਈ ਲੋੜ ਨਹੀਂ, ਤੁਹਾਡੀ ਇੰਟਰਵਿਊ ਜਿਹੜੀ ਇੰਗਲਿਸ਼ ਦੇ ਵਿੱਚ ਨਹੀਂ ਆਉਣੀ। ਬਟ ਇੰਗਲਿਸ਼ ਜਦੋਂ ਤੁਸੀਂ ਸਿਲੈਕਟ ਕਰੋਗੇ, ਤਾਂ ਉੱਥੇ ਜਿਹੜਾ ਹੈਗਾ ਆਪਾਂ ਨੂੰ ਸਲੋਟ ਜ਼ਿਆਦਾ ਅਵੇਲੇਬਲ ਹੋਣਗੇ, ਅਤੇ ਆਪਣੀ ਜਿਹੜੀ ਡੇਟ ਉੱਥੇ ਇੱਕ ਫਿਕਸ ਹੋ ਜੂਗੀ, ਪੱਕੀ ਡੇਟ ਮਿਲ ਜੂ ਕਿ 19 ਤਰੀਕ ਨੂੰ ਜਿਹੜਾ ਆਪਾਂ ਜਾ ਕੇ ਉੱਥੇ ਇੰਟਰਵਿਊ ਦੇਣੀ ਹੈ। ਉਸ ਤੋਂ ਬਾਅਦ ਜਦੋਂ ਸਾਰੀ ਬੁਕਿੰਗ ਹੋ ਜਾਏਗੀ, ਕਨਫਰਮੇਸ਼ਨ ਹੋ ਜਾਏਗੀ, ਤਾਂ ਉਹ ਆਪਣੀ ਇੱਕ ਈਮੇਲ ਆਈਡੀ ਪ੍ਰੋਵਾਈਡ ਕਰਦੇ ਆ ਕਿ ਜੇ ਕੋਈ ਸਮੱਸਿਆ ਹੁੰਦੀ ਹੈ ਤਾਂ ਆਪਾਂ ਉਹਦੇ 'ਤੇ ਕੰਟੈਕਟ ਕਰ ਸਕਦੇ ਹਾਂ US ਇਮੀਗ੍ਰੇਸ਼ਨ ਨੂੰ। ਤਾਂ ਤੁਸੀਂ ਉਸ ਈਮੇਲ ਦੇ ਉੱਤੇ ਜਿਹੜੀ ਇੱਕ ਈਮੇਲ ਲਿਖ ਕੇ ਪਾਉਣੀ ਹੈ ਕਿ ਇਸ ਤਰੀਕੇ ਨਾਲ ਤੁਹਾਡੀ 19 ਤਰੀਕ ਨੂੰ ਜਿਹੜੀ ਇੰਟਰਵਿਊ ਹੈ, ਤੁਹਾਡਾ ਨਾਮ, ਪਾਸਪੋਰਟ ਨੰਬਰ, ਸਾਰੀ ਡਿਟੇਲ ਉਹਦੇ ਵਿੱਚ ਪਾ ਕੇ ਇਹ ਦੱਸਣਾ ਕਿ ਤੁਹਾਡੀ 19 ਤਰੀਕ ਨੂੰ ਜਿਹੜੀ ਇੰਟਰਵਿਊ ਹੈਗੀ ਹੈ, ਅਤੇ ਤੁਹਾਨੂੰ ਉੱਥੇ ਇੱਕ ਟਰਾਂਸਲੇਟਰ ਚਾਹੀਦਾ, ਚਾਹੇ ਉਹ ਹਿੰਦੀ ਦਾ ਹੋਵੇ ਚਾਹੇ ਪੰਜਾਬੀ ਵਾਲਾ। ਉਹਦੇ ਵਿੱਚ ਕੀ ਹੁੰਦਾ ਕਿ ਉਸ ਦਿਨ ਜਿਸ ਦਿਨ ਤੁਹਾਡੀ ਇੰਟਰਵਿਊ ਹੈ, ਤਾਂ ਉਹ US ਇਮੀਗ੍ਰੇਸ਼ਨ ਤੁਹਾਨੂੰ ਟਰਾਂਸਲੇਟਰ ਜਿਹੜਾ ਪ੍ਰੋਵਾਈਡ ਕਰ ਦੂਗੀ। ਇਨ ਕੇਸ ਉਹਨਾਂ ਕੋਲ ਇਹ ਫੈਸਿਲਿਟੀ ਨਹੀਂ ਅਵੇਲੇਬਲ ਜਾਂ ਟਰਾਂਸਲੇਟਰ ਨਹੀਂ ਅਵੇਲੇਬਲ, ਤਾਂ ਤੁਹਾਨੂੰ ਉਹਦਾ ਕੋਈ ਅਲਟਰਨੇਟਿਵ ਵੀ ਦੱਸੂਗੀ ਕਿ ਤੁਸੀਂ ਜਾਂ ਅਸੀਂ ਆਪਣਾ ਕੋਈ ਜਿਹੜਾ ਟਰਾਂਸਲੇਟਰ ਲੈ ਕੇ ਜਾ ਸਕਦੇ ਹਾਂ, ਜਾਂ ਕਿਸ ਤਰ੍ਹਾਂ ਉਹ ਕੋਈ ਨਾ ਕੋਈ ਆਪਾਂ ਨੂੰ ਜਿਹੜਾ ਉਹਦਾ ਅਲਟਰਨੇਟਿਵ ਦੇਣਗੇ, ਤਾਂ ਕਿ ਆਪਣਾ ਜਿਹੜਾ ਉਹ ਸਲੋਟ ਬੁੱਕ ਕੀਤਾ ਹੋਇਆ, ਤਾਂ ਉਸ ਸਲੋਟ ਦੇ ਉੱਤੇ ਆਪਾਂ ਜਾ ਕੇ ਸਮੇਂ ਸਿਰ ਆਪਣੀ ਜਿਹੜੀ ਇੰਟਰਵਿਊ ਦੇ ਸਕੀਏ, ਅਤੇ ਆਪਣੀ ਜਿਹੜੀ ਪਸੰਦੀਦੀ ਲੈਂਗੁਏਜ ਆ, ਚਾਹੇ ਪੰਜਾਬੀ ਆ ਚਾਹੇ ਹਿੰਦੀ ਆ, ਉਹਦੇ ਵਿੱਚ ਆਪਾਂ ਜਿਹੜੀ ਇੰਟਰਵਿਊ ਦੇ ਸਕੀਏ। ਸੋ ਇਹ ਬਹੁਤ ਵੱਡਾ ਟਿਪ ਐਂਡ ਟ੍ਰਿਕਸ ਹੈ। ਕਾਫੀ ਵਾਰੀ ਇੱਕ ਗੱਲ ਹੋਰ ਵੀ ਮੈਂ ਇਹਦੇ 'ਚ ਮੈਨਸ਼ਨ ਕਰੂੰਗਾ ਕਿ ਕਾਫੀ ਵਾਰੀ ਜਿਹੜਾ ਪੇਜ ਲੋਡ ਨਹੀਂ ਹੁੰਦਾ, ਸੋ ਪੇਜ 'ਤੇ ਤੁਸੀਂ ਬੈਕ ਜਿਹੜਾ ਹੈਗਾ ਨਹੀਂ ਜਾਣਾ,
उस पेज पर थोड़ी देर लिए वेट करनी है, तो अगर वो फिर भी नहीं ओपन हो रहा तो उस पेज में रीफ्रैश करना ना कि उन्होंने बैक जाना है। कई बार की होंगे कि किसी सिस्टम के कारण जिहड़ा टैक्नीकल इशू के कारण उत्थे एक एरर दे दिंदा, सो आपां बैक चल जाने, बैक नहीं जाना, बैक चल जाएंगे तो वह अपना जिहड़ा सारा फीस का सिस्टम वो हल जाएगा। सो इस करके तुसीं सेम जिहड़े पेज के उत्ते रीफ्रैश करना है ता कि सानू जिहड़ा उही पेज जिहड़ी आपां चूज़ किया होया तो सानू उही जिहड़ी टाइमिंग है जां जो भी है वो सानू प्रॉपर तरीके नाल मिल सके। सो एक दो टिप्स एंड ट्रिक्स सीगे जिहड़े मैं तुहाडे नाल शेयर करने सी रिगार्डिंग US वीज़ा जिहड़ा हैगा V1 ते V2 वीज़ा दे। सो बहुत वधिया टाइम है, तुसीं अपने जिहड़े स्लॉट बुक करवा सकते हो इस टाइम ते अपना जिहड़ा US जाण दा सुपना पूरा कर सकते हो। उम्मीद है तुहानूं वीडियो चंगी लगी होगी, चंगी लगी शेयर ते सबसक्राइब जरूर करो चैनल नूं, नाल ही जिहड़े बैल आइकन नूं प्रेस करो तां कि फ्यूचर दे विच तुहानूं जिहड़ियां कोई डिटेल्स इमीग्रेशन दे अपडेट्स है, कोई वीज़ा दे संबंधी, चाहे UK होया, US होया, कैनेडा, ऑस्ट्रेलिया जां किसी भी कंट्री दा, तुहानूं अपडेट्स मिलदियां रहन। सो धन्नवाद जी, सत श्री अकाल।